ਜੀ ਮੈਨੂੰ ਕਹਿ ਦੇ ਚਰਨਜੀਤ ਚੰਨੀ ਤੈਂ ਕਿਸੇ ਦੀ ਬਦਲੀ ਕਰਨ ਦੇ ਪੈਸੇ ਲਏ ਸੀ ਮੈਨੂੰ ਫਾਂਸੀ ਟੰਗ ਦਿਓ ਆਪਣੀ ਜ਼ਮੀਨ ਵੇਚ ਕੇ ਇਲੈਕਸ਼ਨ ਲੜਦਾ ਆਪਣੀ ਜਾਇਦਾਦ ਵੇਚ ਕੇ ਲੜੇ ਹੈ ਕਰ ਲੈ ਯਾਰ ਜਿਹੜਾ ਕੁਛ ਕਰਨਾ ਹੈ ਦੇ ਅੰਦਰ ਜਿੱਥੇ ਦੇਣਾ ਹੈ ਮਾਰ ਕੁੱਟ ਗੋਲੀ ਮਰਵਾ ਹੁਣ ਤੂੰ ਮੈਨੂੰ ਤੇਰਾ ਘਰ ਕਰਜ਼ਾ ਹੀ ਹੋਇਆ ਹੋਇਆ ਹੈ ਮੇਰੇ ਕੁਰਕੀ ਦੇ ਆਰਡਰ ਹੋਏ ਹੋਏ ਆ ਘਰ ਦੇ ਅੱਜ ਮੈਨੂੰ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਮੈਂ ਇਕੱਲਾ ਜਾਵਾਂਗਾ ਉੱਥੇ ਤੁਸੀਂ ਮੈਨੂੰ ਬਿਠਾਓ ਫੜੋ ਕੁੱਟੋ ਮਾਰੋ ਜੇਲ੍ਹ 'ਚ ਭੇਜੋ ਤੁਹਾਡੇ 'ਤੇ ਕਰੋ ਜੋ ਕਰਨਾ ਇਹ ਅੱਜ ਮੈਨੂੰ ਫੜ ਵੀ ਸਕਦੇ ਹੈ ਬਿਠਾ ਤਾਂ ਸਕ ਬਿਠਾਉਣਾ ਤਾਂ ਹੈਗਾ ਹੀ ਹੈ ਅੰਦਰ ਵੀ ਭੇਜ ਸਕਦੇ ਹੈ ਅਤੇ ਇੱਕ ਨਾ ਇੱਕ ਦਿਨ ਮਾਰ ਵੀ ਸਕਦੇ ਹੈ ਜਾਨ ਤੋਂ ਵੀ ਮਾਰ ਸਕਦੇ ਹੈ ਲੇਕਿਨ ਮੈਂ ਉਹਦੇ ਵਾਸਤੇ ਹਰ ਪਾਸੇ ਨੂੰ ਤਿਆਰ ਹੈ ਲੇਕਿਨ ਮੈਂ ਲੋਕਾਂ ਦੀ ਕਚਹਿਰੀ 'ਚ ਆਪਣੇ ਆਪ ਨੂੰ ਸੱਚਾ ਦੱਸਣਾ ਚਾਹੁੰਦਾ ਕਿ ਮੇਰੀ ਹਾਲਤ ਕਿਆ ਹੈ ਪਰਮਾਤਮਾ ਨੂੰ ਜਾਨ ਦੇਣੀ ਹੈ ਅੱਜ ਵੀ ਘਰ ਅਖੰਡ ਪਾਠ ਰੱਖਿਆ ਹੋਇਆ ਹੈ ਹਰ ਸਾਲ 'ਚ ਚਾਰ ਪੰਜ ਅਖੰਡ ਪਾਠ ਕਰਾਉਂਦਾ ਕਦੇ ਕਿਸੇ ਨੇ ਪੈਸਾ ਨਹੀਂ ਲਿਆ ਕੋਈ ਮੈਨੂੰ ਕਹਿ ਦੇ ਚਰਨਜੀਤ ਚੰਨੀ ਤੈਂ ਕਿਸੇ ਦੀ ਬਦਲੀ ਕਰਨ ਦੇ ਪੈਸੇ ਲਏ ਸੀ ਮੈਨੂੰ ਫਾਂਸੀ ਟੰਗ ਦਿਓ ਮੇਰੇ ਇਲਾਕੇ 'ਚ ਕਹਿ ਦੇਵੇ ਕੋਈ ਚੰਨੀ ਤੈਂ ਫਲਾਣੀ ਜਗ੍ਹਾ ਇਲੈਕਸ਼ਨ ਲੜਿਆ ਸੀ ਐਸੀ ਚਾਹ ਐਸੀ ਪਲਾਈ ਸੀ ਮੈਂ ਜਦ ਇਲੈਕਸ਼ਨ ਲੜਦਾ ਘਰ 'ਤੇ ਭੇਜਦਾ ਚਾਹ ਜਿਹੜੇ ਪਿੰਡ ਜਾਣਾ ਹੁੰਦਾ ਘਰ 'ਤੇ ਭੇਜਦਾ ਪਕੌੜੇ ਅਤੇ ਆਪਣੀ ਜ਼ਮੀਨ ਵੇਚ ਕੇ ਇਲੈਕਸ਼ਨ ਲੜਦਾ ਆਪਣੀ ਜਾਇਦਾਦ ਵੇਚ ਕੇ ਲੜੇ ਹੈ ਅੱਜ ਮੇਰੇ ਪਾਸ ਇੱਕ ਸਿਆੜ ਵੀ ਨਹੀਂ ਹੈ ਅੱਜ ਮੇਰੇ ਪਾਸ ਕੋਈ ਕਾਰਖਾਨੇ ਕੋਈ ਕੁਛ ਨਹੀਂ ਹੈ ਇੱਕ ਮੇਰੇ ਮੁੰਡੇ ਦਾ ਕਾਰੋਬਾਰ ਹੈ ਉਹ ਵੀ ਇੱਕ ਰੱਦੀ ਜਿਹਾ ਛੋਟਾ ਜਿਹਾ ਸੈਲਰ ਹੈ ਜਿਹੜਾ ਅਸੀਂ ਆਪਣੇ ਇਲਾਕੇ ਦੇ ਵਿੱਚ ਖਰੀਦਿਆ ਇਹ ਲੋਕ ਮੇਰੇ 'ਤੇ ਉਹ ਕਰਦੇ ਹੈ ਕਿ ਮੈਂ ਕਰਾਪਟਾ ਇੱਕ ਵੀ ਪੈਸਾ ਦਿਖਾਓ ਕਦੇ ਲਿਆ ਹੋਵੇ ਕਿਸੇ 'ਤੇ ਰੇਤੇ ਤਾਂ ਮੇਰੇ 'ਤੇ ਲਗਾਈ ਜਾਂਦੇ ਆ ਯਾਰ ਰੇਤਾ ਤਾਂ ਤੁਸੀਂ ਰਾਤ ਨੂੰ ਰੋਜ਼ ਭੇਜਦੇ ਹੋ ਤੁਸੀਂ ਮੈਨੂੰ ਕਹੀ ਜਾਂਦੇ ਹੋ ਪਹਿਲਾਂ ਮੈਨੂੰ ਪਿਛਲੀ ਸਰਕਾਰ ਮੇਰੀ ਉਹ ਸਰਕਾਰ ਘਸਾਈ ਗਈ ਪੰਜ ਸਾਲ ਕਿ ਕਿਤੇ ਇਹ ਅੱਗੇ ਨਾ ਨਿਕਲ ਜੇ ਦਲਿਤਾਂ ਦੀ ਮੈਂ ਇੱਕ ਦਿਨ ਆਪਣੇ ਮੁੱਖ ਮੰਤਰੀ ਨੂੰ ਕਿਹਾ ਮੈਂ ਕਿਹਾ ਮੇਰੇ ਖੂਨ ਵਿੱਚ ਹੈ ਗਰੀਬਾਂ ਬਾਰੇ ਬੋਲਣਾ ਇਹ ਤੁਸੀਂ ਹਟਾ ਨਹੀਂ ਸਕਦੇ ਔਰ ਇਹ ਵੀ ਨਹੀਂ ਹਟਾ ਸਕਦਾ ਲਾਲ ਵਜ ਨਾ ਜ਼ੋਰ ਲਾਉਣਾ ਅੰਬੇਦਕਰ ਦਾ ਅੱਜ ਜਨਮ ਦਿਨ ਮੈਂ ਸਹੁੰ ਖਾ ਕੇ ਕਹਿਣਾ ਨਾ ਮੈਂ ਸਿੱਖੀ ਬਾਰੇ ਬੋਲਣ 'ਤੇ ਹਟਾਂ ਬੇਅਦਬੀ ਬਾਰੇ ਅੱਜ ਮੈਂ ਗੁਰੂ ਦੀ ਸਹੁੰ ਖਾ ਕੇ ਕਹਿਣਾ ਕਰ ਲੈ ਯਾਰ ਜਿਹੜਾ ਕੁਛ ਕਰਨਾ ਦੇ ਅੰਦਰ ਜਿੱਥੇ ਦੇਣਾ ਮਾਰ ਕੁੱਟ ਗੋਲੀ ਮਰਵਾ ਹੁਣ ਤੂੰ ਮੈਨੂੰ ਆਹ ਕਿਆ ਕਰ ਲਏਗਾ ਬਾਈ ਜੀ ਮੈਂ ਹੱਥ ਜੋੜ ਕੇ ਤੁਹਾਨੂੰ ਗੱਲ ਦੱਸਾਂ ਆਪਣਾ ਪੇਟ ਚੱਕੇ ਤੇ ਢਿੱਡ ਨਗਾ ਹੁੰਦਾ ਮੇਰਾ ਘਰ ਕਰਜ਼ਾ ਹੀ ਹੋਇਆ ਹੋਇਆ ਮੇਰੇ ਕੁਰਕੀ ਦੇ ਆਰਡਰ ਹੋਏ ਹੋਏ ਆ ਘਰ ਦੇ ਮੰਨ ਲੂੰਗੇ ਤੁਸੀਂ ਮੰਨੂਗਾ ਭਗਵੰਤ ਮਾਨ ਹਾਈਕੋਰਟ ਤੋਂ ਸਟੇਅ ਲੈ ਕੇ ਆਈ ਵੀ ਹੈ ਮੈਂ ਆਪਣੇ ਘਰ ਦੀ ਕੁਰਕੀ ਦੀ ਮੇਰਾ ਜੱਦੀ ਘਰ ਜਿੱਥੇ ਮੇਰਾ ਭਾਈ ਰਹਿੰਦਾ ਉਹਦੇ ਕੁਰਕੀ ਦੇ ਆਰਡਰ ਹੈ ਪਰ ਮੈਂ ਕਦੇ ਕਿਸੇ ਦੇ ਪੈਸਾ ਨਹੀਂ ਲਿਆ ਫਿਰ ਵੀ ਕਿਹੜਾ ਮੁੱਖ ਮੰਤਰੀ ਹੈ ਕਿਹੜਾ ਐਸਾ MLA ਹੈ ਕਿਹੜਾ ਐਸਾ ਮੰਤਰੀ ਜਿਹੜਾ ਰਿਹਾ ਹੋਵੇ ਆਪੋਜੀਸ਼ਨ ਲੀਡਰ ਰਿਹਾ ਹੋਵੇ ਪੂਰੇ ਹਿੰਦੁਸਤਾਨ 'ਚ ਦਿਖਾਓ ਮੈਨੂੰ ਜਿਹਦੇ ਕੁਰਕੀ ਦੇ ਆਰਡਰ ਹੋਏ ਹੋਏ ਹੋ ਮੈਂ ਇਹ ਮੇਰੇ ਨਾਲ ਗੱਲਾਂ ਕਰਦਾ